ਮੋਗਾ ਵਿਖੇ ਕਾਂਗਰਸ ਪਾਰਟੀ ਦੇ ਨਵ ਨਿਯੁਕਤ ਪ੍ਰਧਾਨ ਦੀ ਤਾਜਪੋਸ਼ੀ ਦਾ ਸਮਾਗਮ ਫੁੱਟ ਦੀ ਭੇਟ ਹੀ ਚੜ ਗਿਆ, ਜਿੱਥੇ ਤਿੰਨ ਵਿਧਾਇਕਾਂ ਵਿਚੋਂ ਦੋ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਵਿਧਾਇਕ ਡਾ ਹਰਜੋਤ ਕਰਨ ਨੇ ਇਸ ਸਮਾਗਮ ਵਿਚ ਸ਼ਿਰਕਤ ਹੀ ਨਹੀਂ ਕੀਤੀ। ਇਹ ਸਮਾਗਮ ਉਸ ਸਮੇਂ ਵੀ ਫਿੱਕਾ ਪੈ ਗਿਆ ਜਦੋਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਗੜ ਵੀ ਟਾਈਮ ਦੇ ਕੇ ਇਸ ਸਮਾਗਮ ਵਿਚ ਨਹੀਂ ਆਏ। ਦੂਸਰੇ ਪਾਸੇ ਜ਼ਿਲ੍ਹੇ ਦੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਏ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਪ੍ਰਧਾਨਗੀ ਦੇ ਅਹੁਦੇ ਨੂੰ ਸੰਭਾਲਿਆ ਗਿਆ। ਇਸ ਮੌਕੇ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਹਜ਼ਾਰਾਂ ਕਾਂਗਰਸੀ ਵਰਕਰਾਂ ਦੀ ਹਾਜ਼ਰੀ ਵਿਚ ਕਾਂਗਰਸ ਦੀ ਵਾਗਡੋਰ ਸੰਭਾਲੀ। ਮੈਨੂੰ ਤੀਸਰੀ ਦਫਾ ਇਹ ਜ਼ਿੰਮੇਵਾਰੀ ਮਿਲੀ। ਮੈਂ ਹੁਣ ਵੀ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ, ਕਾਂਗਰਸ ਨੂੰ ਪਿਆਰ ਕਰਨ ਵਾਲੇ, ਕਾਂਗਰਸ ਦਾ ਸਤਿਕਾਰ ਕਰਨ ਵਾਲੇ ਜੇ ਇੱਥੇ ਇਕੱਠੇ ਹੋਏ ਸੀ, ਉਹਨਾਂ ਦੀ ਹਾਜ਼ਰੀ 'ਚ ਕਹਿ ਕੇ ਆਇਆ ਕਿ ਮੈਂ ਬਹੁਤ ਖੁਸ਼ ਹੋ, ਬੜੇ ਅਦਬ ਨਾਲ ਅਤੇ ਬੜੇ ਸਤਿਕਾਰ ਨਾਲ ਸੇਵਾ ਕਰਾਂ। ਸਾਡੇ ਕੋਲ ਸਭ ਤੋਂ ਵੱਡਾ ਮਿਸ਼ਨ ਹੈ ਜਿਹੜਾ, ਉਹ 2019 ਦਾ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਦੀ ਹਕੂਮਤ ਬਣਾਉਣੀ। ਇਹ ਜ਼ਿੰਮੇਵਾਰੀ ਬਹੁਤ ਪਹਿਲਾਂ ਵੀ ਮੈਂ ਨਿਭਾਈ ਹੈ, ਹੁਣ ਵੀ ਬੜੀ ਸੋਚ ਸਮਝ ਕੇ, ਇਮਾਨਦਾਰੀ ਨਾਲ, ਤਨਦੇਹੀ ਨਾਲ, ਨਿਮਰਤਾ ਨਾਲ, ਸਾਦਗੀ ਨਾਲ ਜਿਵੇਂ ਪਹਿਲਾਂ ਨਿਭਾਈ ਹੈ ਉਹ ਵੀ ਹੁਣ ਨਿਭਾਉਂਗਾ। ਜ਼ਿਲ੍ਹੇ ਦੇ ਵਿੱਚ ਫੁੱਟ ਬਹੁਤ ਹੈ ਜੀ, ਅੱਜ 2 MLA ਵੀ ਨਹੀਂ ਆਏ ਜੀ, ਤੁਸੀਂ ਕੀ ਕਹੋ? ਕੰਮ ਹੋ ਸਕਦਾ? ਹਾਂਜੀ, ਕਈ ਕਈ ਜਾਂਦੇ ਸੁਨੇਹੇ ਨਹੀਂ ਲੱਗੇ ਗਏ ਜੀ। ਇੱਕ ਬਹੁਤ ਹੀ ਵਧੀਆ, ਇੱਕ ਜਿਹੜਾ ਜ਼ਿਲ੍ਹਾ ਕਾਂਗਰਸ ਮੋਗੇ ਦੇ ਪ੍ਰਧਾਨ ਜਿਹੜੇ ਸਰਦਾਰ ਮਹੇਸ਼ਿੰਦਰ ਸਿੰਘ ਨੂੰ ਬਣਾਇਆ, ਇਹ ਸਾਡੀ ਕਾਂਗਰਸ ਪਾਰਟੀ ਦੀ ਅਤੇ ਸਾਡੀ ਲੀਡਰਸ਼ਿਪ ਦੀ ਬਹੁਤ ਵੱਡੀ ਸੋਚ ਆ। ਜਿਹੜਾ ਇੱਕ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਇਨਸਾਨ ਨੂੰ ਜਿਹੜਾ ਇਹਨਾਂ ਨੇ ਮੋਗੇ ਦੀ ਵਾਂਗਡੋਰ ਸੌਂਪੀ ਆ, ਉਹ ਅਸੀਂ ਸਾਰਾ ਰਾਹੁਲ ਗਾਂਧੀ ਜੀ ਦਾ, ਇੱਕ ਵਾਰੀ ਸੋਨੀਆ ਗਾਂਧੀ ਜੀ ਦਾ, ਅਤੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ, ਅਤੇ ਉਹਨਾਂ ਦੇ ਨਾਲ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਜ਼ਿਲ੍ਹਾ ਮੋਗੇ, ਜ਼ਿਲ੍ਹਾ ਪੰਜਾਬ ਦੇ ਪ੍ਰਧਾਨ, ਉਹ ਤੁਹਾਡਾ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਇੱਕ ਸੋਚੀ ਸਮਝੀ ਬਹੁਤ ਹੀ ਵਧੀਆ ਸੋਚ ਸਦਕਾ ਅੱਜ ਜਿਹੜਾ ਮੋਗੇ ਦੀ ਵਾਂਗਡੋਰ ਮਹੇਸ਼ਿੰਦਰ ਸਿੰਘ ਜੀ ਨੂੰ ਸੌਂਪੀ ਗਈ ਆ।